ਫਾਰਮੂਲਾ ਹੈਗਾ ਜ਼ਰ ਜ਼ੋਰੂ ਜ਼ਮੀਨ। ਇਹ 90% ਮਰਡਰਿਆਂ ਦੇ ਵਿੱਚ ਹੁੰਦੇ ਨੇ ਆਮ, ਜਿਹੜੇ ਪਿੰਡਾਂ 'ਚ ਮਰਡਰ ਹੁੰਦੇ। ਮੈਨੂੰ ਫੋਨ ਆਇਆ ਸੀ ਜਦੋਂ ਕਿ ਵੀ ਸਰਾਂ ਦੇ ਵਿੱਚ ਇੱਕ ਡੈੱਡ ਬੋਡੀ ਮਿਲੀ ਹੈ। ਪਰ ਉਹ ਬੰਦਾ ਇੰਨਾ ਸ਼ਰੀਫ ਸੀਗਾ, ਪਿੰਡ 'ਚੋਂ ਪਤਾ ਕੀਤਾ ਵੀ ਕਿਸੇ ਨਾਲ ਦੁਸ਼ਮਣੀ, ਕਹਿੰਦੇ ਜਿਹਨੇ ਕਦੇ ਕੁੱਤੇ ਦੀ ਸੋਟੀ ਨਹੀਂ ਮਾਰੀ। ਉਹ ਪੇਂਡੂ ਬੰਦਾ ਸੀ, ਬਿਲਕੁਲ ਦੇਸੀ, 8-9 ਪੜਿਆ ਸੀਗਾ। ਜਦੋਂ ਮੈਂ ਉਹਦੀ ਵਾਈਫ ਨੂੰ ਦੇਖਿਆ ਤਾਂ ਸ਼ੀ ਵਾਜ਼ ਐਕਸਟ੍ਰੀਮਲੀ ਬਿਊਟੀਫੁਲ। ਕਹਿੰਦਾ ਮੇਰਾ ਮਾਮਾ ਇਮੋਸ਼ਨਲ ਹੋ ਗਿਆ, ਮੈਂ ਉਹਨੂੰ ਵੱਧ ਪੈਗ ਪਾਉਣ ਲੱਗ ਗਿਆ, ਸ਼ਰਾਬੀ ਕਰਦਾ ਉਹਨੂੰ। ਅਤੇ ਮਾਮਾ ਕਹਿੰਦਾ ਮੈਨੂੰ, ਕਹਿੰਦਾ ਵੀ ਭਾਣ ਜੇ ਪੈਗ ਘੱਟ ਪਾ ਦੇ ਨੂੰ। ਕਹਿੰਦਾ ਮਾਮਾ ਇਮੋਸ਼ਨਲ ਹੋ ਗਿਆ, ਕਹਿੰਦਾ ਵੀ ਤੂੰ ਕਬੱਡੀ ਦਾ ਪਲੇਅਰ, ਨੈਸ਼ਨਲ ਲੈਵਲ ਦਾ ਪਲੇਅਰ ਬਣਨਾ ਤੂੰ, ਇੰਟਰਨੈਸ਼ਨਲ ਲੈਵਲ ਦਾ, ਵੀ ਤੇਰਾ ਜਿੰਨਾ ਖਰਚਾ ਹੋਊਗਾ ਦੁੱਧ ਦਾ ਘਿਓ ਦਾ ਸਾਰਾ ਮੈਂ ਦਊਂਗਾ, ਤੀ ਮਾਮੇ ਦੇ ਤੇ ਮਾਮੇ ਦੇ ਛੱਡ ਦੇ। ਕਹਿੰਦਾ ਮੇਰਾ ਰੋਣਾ ਨਿਕਲ ਗਿਆ। ਮੈਂ ਫਿਰ ਫੋਨ ਲਾਇਆ ਮਾਮੀ ਨੂੰ, ਮੈਥੋਂ ਨਹੀਂ ਹੁੰਦਾ ਵੀ ਤੇਥੋਂ ਨਹੀਂ ਹੁੰਦਾ, ਚੂੜੀਆਂ ਪਾ ਕੇ ਆ ਜਾ ਘਰੇ ਅਤੇ ਮੈਂ ਕਰਦੀ ਹਾਂ ਆ ਕੇ। ਫਿਰ ਕਹਿੰਦਾ ਜੀ ਮੈਂ ਇੱਕ ਮੋਟਾ ਜਿਹਾ ਬੈਗ ਹੋਰ ਪਾਇਆ, ਮੈਂ ਵੀ ਆਪਣੇ ਆਊਟ ਆਫ ਸੈਂਸ ਹੋ ਗਿਆ ਅਤੇ ਮੈਂ ਉਹਦੇ ਗਲ 'ਚ ਕਲੱਚ ਵਾਇਰ ਪਾਈ। ਅਤੇ ਉਹ ਸਟਿਲ ਵੀ ਮਾਮਾ ਸੋਚਦਾ ਕਿ ਚੌੜ ਕਰੀ ਜਾਂਦਾ, ਅਤੇ ਉਹ ਕਹਿੰਦਾ ਭਰ ਜਾ, ਐਂ ਚੌੜ ਨਾ ਕਰੋ, ਮੇਰਾ ਗਲ ਕੁੱਟਿਆ ਜਾਊ। ਉਹਨੂੰ ਕਹਿੰਦਾ ਅਲਟੀਮੇਟਲੀ ਜੀ ਮੈਂ ਮਾਰਦਾ। ਉਹ ਸੀਗਾ ਜੀ ਮੱਥਾਂ ਦੇ ਵਾਲਾ ਪਿੰਡ ਪੈਂਦਾ ਮੁਕਤਸਰ ਦੇ ਨਾਲ ਹੀ। ਤਾਂ ਮੈਨੂੰ ਫੋਨ ਆਇਆ ਸੀ ਜਦੋਂ ਕਿ ਥਾਂਦੇ ਵਾਲੇ ਜਿਹੜਾ ਸੂਆ ਹੈਗਾ, ਸੂਏ ਦੇ ਨਾਲ ਬੜੀ ਉਹ ਉੱਗੇ ਹੋਏ ਆ, ਘਾਹ ਬੂਸ ਸਰ ਉੱਗੇ ਹੋਏ ਨੇ ਉੱਥੇ, ਵੀ ਸਰਾਂ ਦੇ ਵਿੱਚ ਇੱਕ ਡੈੱਡ ਬੋਡੀ ਮਿਲੀ ਹੈ ਇੱਕ ਆਦਮੀ ਦੀ, 30-32 ਸਾਲ ਦਾ ਮੁੰਡਾ, ਕਲੱਚ ਵਾਇਰ ਨਾਲ ਉਹਦਾ ਗਲ ਕੁੱਟਿਆ ਹੋਇਆ ਸੀਗਾ। ਅਤੇ ਚਲੋ ਮੌਕੇ 'ਤੇ ਪਹੁੰਚੇ ਉੱਥੇ, ਜੋ ਵੀ ਬਾਕੀ ਫੋਰਮੈਲਿਟੀ ਸੀਗੀਆਂ ਸਾਰੀਆਂ, ਜਿੰਨੀਆਂ ਜੀ ਸੀਨ ਆਫ ਕ੍ਰਾਈਮ 'ਤੇ ਜ਼ਰੂਰੀ ਹੁੰਦੀਆਂ ਸਾਰੀਆਂ ਕੀਤੀਆਂ। ਤਾਂ ਉਹ ਬੰਦੇ ਦੀ ਬੰਦਾ ਆਈਡੈਂਟੀਫਾਈ ਹੋ ਗਿਆ, ਪਿੰਡ ਦਾ ਹੀ ਬੰਦਾ ਸੀਗਾ, ਪਿੰਡ ਦਾ ਹੀ। ਪਰ ਉਹ ਬੰਦਾ ਇੰਨਾ ਸ਼ਰੀਫ ਸੀਗਾ, ਪਿੰਡ 'ਚੋਂ ਪਤਾ ਕੀਤਾ ਵੀ ਕਿਸੇ ਨਾਲ ਦੁਸ਼ਮਣੀ, ਕਹਿੰਦੇ ਜਿਹਨੇ ਕਦੇ ਕੁੱਤੇ ਦੀ ਸੋਟੀ ਨਹੀਂ ਮਾਰੀ। ਤਾਂ ਇੰਨਾ ਜ਼ਿਆਦਾ ਸ਼ਰੀਫ ਆਦਮੀ ਹੈ, ਸਿਰਫ ਸ਼ਰਾਬ ਸ਼ਰੂ ਮਾੜੀ ਮੋਟੀ ਪੀਂਦਾ ਸੀਗਾ। ਚਲੋ ਕੇਸ ਰਜਿਸਟਰ ਕਰਤਾ ਜੀ, ਉਦੋਂ ਬਾਅਦ ਘਰੇ ਗਏ, ਘਰੇ ਮੈਂ ਕਿਹਾ ਚਲੋ ਘਰੇ ਚੀਚਕਾੜਾ ਪਿਆ ਹੋਇਆ, ਮਤਲਬ ਯੰਗ ਬੰਦੇ ਦੀ ਮੌਤ 'ਤੇ ਹੁੰਦਾ। ਤਾਂ ਮੈਂ ਉਹਦੀ ਮਦਰ ਨੂੰ ਮਿਲਿਆ, ਫਾਦਰ ਨੂੰ ਮਿਲਿਆ, ਵਿਚਾਰੇ ਬਹੁਤ ਰੋ ਰਹੇ ਸੀ। ਉਹ ਬਿਲਕੁਲ ਹੀ ਰੱਬ ਦੇ ਭਗਤ ਜਿਵੇਂ ਹੁੰਦੇ ਆ ਉਵੇਂ, ਉਹਨਾਂ ਨੇ ਕੋਈ ਕੋਈ ਕਿਸੇ 'ਤੇ ਨਾ ਡਾਊਟ ਸੀਗਾ ਕਿਸੇ 'ਤੇ, ਨਾ ਕੋਈ ਉਹਨਾਂ ਕੋਲ ਹੋਰ ਕੋਈ ਇੱਦਾਂ ਦੀ ਬੈਕਗਰਾਊਂਡ ਸੀਗੇ ਉਹਦੀ ਬੰਦੇ ਨੂੰ ਕੋਈ ਕਤਲ। ਕਿਉਂਕਿ ਸਭ ਤੋਂ ਵੱਡਾ ਜਿਹੜਾ ਹੁੰਦਾ ਕਿਸੇ ਵੀ ਕ੍ਰਾਈਮ ਦੇ ਵਿੱਚ ਦਵਿੰਦਰ ਜੀ, ਉਹ 'ਚ ਹੁੰਦਾ ਕਿ ਮੋਟਿਵ ਬਹੁਤ ਜ਼ਰੂਰੀ ਹੁੰਦਾ, ਕ੍ਰਾਈਮ ਮਰਿਆ ਮਾਰਿਆ ਕਿਉਂ। ਜਿਵੇਂ ਆਪਾਂ ਕਹਿੰਦੇ ਕਿ ਪੁਰਾਣਾ ਜਿਹੜਾ ਫਾਰਮੂਲਾ ਹੈਗਾ ਜ਼ਰ ਜ਼ੋਰੂ ਜ਼ਮੀਨ, ਇਹ 90% ਮਰਡਰਿਆਂ ਦੇ ਵਿੱਚ ਹੁੰਦੇ ਨੇ ਆਮ, ਜਿਹੜੇ ਪਿੰਡਾਂ 'ਚ ਮਰਡਰ ਹੁੰਦੇ ਆ। ਚਲੋ ਉਹਦੇ ਮਦਰ ਫਾਦਰ ਤੋਂ ਗੱਲ ਨਾ ਬਣੀ, ਮੈਂ ਕਿਹਾ ਇਹਦੀ ਵਾਈਫ ਨੂੰ ਬੁਲਾਓ। ਜਦੋਂ ਉਹਦੀ ਵਾਈਫ ਆਈ ਤਾਂ ਉਹ ਪੇਂਡੂ ਬੰਦਾ ਸੀ, ਬਿਲਕੁਲ ਦੇਸੀ, 8-9 ਪੜਿਆ ਸੀਗਾ। ਅਤੇ ਜਦੋਂ ਮੈਂ ਉਹਦੀ ਵਾਈਫ ਨੂੰ ਦੇਖਿਆ ਤਾਂ ਸ਼ੀ ਵਾਜ਼ ਐਕਸਟ੍ਰੀਮਲੀ ਬਿਊਟੀਫੁਲ, ਬਹੁਤ ਜ਼ਿਆਦਾ ਮਤਲਬ ਬਿਊਟੀਫੁਲ ਵੀ ਸੀਗੀ ਅਤੇ ਮਾਡਰਨ ਵੀ ਸੀਗੀ। ਇਹ ਪਿੰਡਾਂ 'ਚ ਆਪਾਂ ਆਮ ਦੇਖਦੇ ਹਾਂ ਕਿ ਆਈਬ੍ਰੋਜ਼ ਨਹੀਂ ਬਣਾਉਂਦੀਆਂ ਲੇਡੀਜ਼, ਹੈ ਨਾ, ਉਹਨੇ ਆਈਬ੍ਰੋਜ਼ ਬਣਾਈਆਂ ਹੋਈਆਂ ਸੀਗੀਆਂ। ਉਹਦੀ ਜਿਹੜੀ ਲੁੱਕ ਸੀਗੀ, ਕਹਿ ਲਓ ਜਿਵੇਂ ਆਪਾਂ ਕਿਸੇ ਵੀ ਸ਼ਹਿਰ ਦੀ ਮਾਡਰਨ ਲੜਕੀ ਹੁੰਦੀ ਹੈ, ਮਤਲਬ ਇਟ ਵਾਜ਼ ਟੋਟਲੀ ਅਨਮੈਚ ਸੀਗਾ ਉਹਦੇ ਨਾਲ ਵੀ। ਉਹ ਔਡ ਲੱਗਿਆ ਮੈਨੂੰ ਇੱਕਦਮ, ਮੇਰੇ ਮਨ 'ਚ ਮੇਰੀ ਸਿਕਸ ਸੈਂਸ ਜਿਹੜੀ ਹੈ ਉਹ, ਮੈਂ ਸੋਚਿਆ ਗੜਬੜਾ ਕੋਈ। ਚਲੋ ਮੈਂ ਉਹਨੂੰ ਪੁੱਛਿਆ ਵੀ ਬੇਟਾ ਤੇਰਾ ਫੋਨ ਕਿੱਥੇ ਆ, ਕਹਿੰਦੀ ਫੋਨ ਤਾਂ ਮੇਰਾ ਹੈ ਨਹੀਂ ਜੀ ਅੰਦਰ ਪਿਆ ਜੀ। ਮੈਂ ਕਿਹਾ ਚਲੋ ਲੈ ਆਓ ਜਿਹੜਾ ਫੋਨ ਦਿਖਾਇਓ, ਮਤਲਬ ਉਸ ਵੇਲੇ ਚਾਹੇ ਕਹਿ ਲਓ ਰੋਣ ਧੋਣ ਪਿਆ ਹੋਇਆ ਸੀ, ਪਰ ਫਿਰ ਵੀ ਸਾਡੀ ਡਿਊਟੀ ਸੀਗੀ ਜਿਹੜਾ ਪਹਿਲੀ ਫਸਟ ਐਂਡ ਫੋਰਮੋਸਟ ਸੀਗੀ ਕਿ ਅਸੀਂ ਕੇਸ ਟਰੇਸ ਕਰੀਏ। ਅਤੇ ਜਦੋਂ ਫੋਨ ਉਹਨੇ ਨਹੀਂ ਦਿੱਤਾ ਅਲਟੀਮੇਟਲੀ, ਚਲੋ ਅਸੀਂ ਵਾਪਸ ਆਉਣਾ ਸੀ ਆ ਗਏ, ਉਸ ਵੇਲੇ ਉਹਨੂੰ ਜ਼ਿਆਦਾ ਅਸੀਂ ਪ੍ਰੈਸ਼ਰਾਈਜ਼ ਵੀ ਨਹੀਂ ਕਰ ਸਕਦੇ ਸੀ।
ਆ ਕੇ ਅਸੀਂ ਕਾਲ ਡਿਟੇਲਸ ਕਢਾਈਆਂ ਉਹਦੀਆਂ, ਲੜਕੀ ਦੀਆਂ, ਉਹਦੀ ਵਾਈਫ ਦੀਆਂ। ਉਹਦੇ 'ਚ ਇੱਕ ਨੰਬਰ ਤੋਂ ਪਿਛਲੇ ਕਈ ਮਹੀਨਿਆਂ ਤੋਂ ਕਾਫੀ ਲੰਬੀਆਂ ਲੰਬੀਆਂ ਕਾਲਸ, ਜਿਵੇਂ ਰਾਤ ਨੂੰ 2 ਵਜੇ 2-2 ਘੰਟੇ ਦੀ ਕਾਲ, ਤਾਂ ਉਹ ਫਿਰ ਬੰਦਾ ਆਇਡੈਂਟੀਫਾਈ ਕੀਤਾ ਜਿਹਦੇ ਨਾਲ ਉਹਦੀਆਂ ਗੱਲਾਂ ਹੁੰਦੀਆਂ ਸੀਗੀਆਂ। ਸ਼ੌਕਿੰਗਲੀ ਕੀ ਨਿਕਲਿਆ, ਜਿਹੜਾ ਮੁੰਡਾ ਸੀਗਾ ਉਹ ਮਰਨ ਵਾਲੇ ਦਾ ਸਕਾ ਭਾਣਜਾ ਸੀਗਾ। ਹੋਇਆ ਕਿ ਜੀ ਜਦੋਂ, ਚਲੋ ਬਾਅਦ 'ਚ ਅਰੈਸਟ ਕੀਤਾ, ਬਾਅਦ ਦੀ ਸਟੋਰੀ ਹੈ, ਉਹ ਭਾਣਜਾ ਆਪਣੇ ਨਾਨਕੇ ਆਇਆ ਅਤੇ ਜਿਹੜੀ ਉਹਦੀ ਮਾਮੀ ਸੀਗੀ ਉਹ ਪਹਿਲਾਂ ਹੀ ਆਪਣੇ ਹਸਬੈਂਡ ਤੋਂ, ਉਹਦੇ ਮਾਮੇ ਤੋਂ ਸੈਟਿਸਫਾਈਡ ਨਹੀਂ ਸੀਗਾ। ਉਹ ਕਹਿ ਲਓ ਵੀ ਇੱਕ ਉਹਦੇ ਮਨ ਸੀਗਾ ਕਿ ਮੈਂ ਬਹੁਤ ਕੁਆਲੀਫਾਈਡ ਹਾਂ, ਇੱਕ ਉਹਦੇ ਮਨ ਸੀਗਾ ਮੈਂ USA ਜਾ ਕੇ ਸੈਟਲ ਹੋਣਾ। ਅਤੇ ਉਹ ਵਿਚਾਰਾ ਭਗਤ ਬੰਦਾ ਸੀਗਾ, ਉਹਦੇ ਉਹਦੇ ਟੋਟਲੀ ਉਹਨਾਂ ਦੀ ਜਿਹੜਾ ਕਹਿ ਲਓ ਮੈਂਟਲ ਮੈਚ ਹੈ ਨਹੀਂ ਸੀਗਾ। ਤਾਂ ਉਹਨੂੰ ਜਦੋਂ ਭਾਣਜਾ ਸਮਾਰਟ ਸੀਗਾ, ਕਬੱਡੀ ਦਾ ਪਲੇਅਰ ਸੀਗਾ, ਮਤਲਬ ਸਟੇਟ ਲੈਵਲ ਦਾ ਪਲੇਅਰ ਸੀਗਾ, ਉਹਨੇ ਭਾਣਜੇ ਨੇ ਕਿਤੇ ਜਾਣਾ ਸੀਗਾ, ਉਹਦੀ ਪਲੈਨ ਸੀ ਕਿ ਮੈਂ ਇੱਧਰ ਕਿਤੇ ਅਰਬ ਮੁਲਕਾਂ ਵੱਲ ਜਾਣਾ, ਕਿਤੇ ਜ਼ਰਾ ਗਰੀਬ ਸੀਗਾ। ਉਹਨੂੰ ਕਹਿੰਦੀ ਤੂੰ ਛੱਡ ਪਰੇ, ਤੈਨੂੰ ਅਰਬ ਨਹੀਂ ਜਾਣਾ, ਤੂੰ ਆਪਾਂ USA ਚੱਲਾਂਗੇ। ਅਲਟੀਮੇਟਲੀ ਉਹਨੇ ਉਹਨੂੰ ਲਿਓਰ ਕੀਤਾ ਭਾਣਜੇ ਨੂੰ, ਅਤੇ ਉਹਦੇ ਨਾਲ ਉਹਦੇ ਇਲੀਸਿਟ ਰਿਲੇਸ਼ਨ ਹੋ ਗਏ ਆਪਣੀ ਮਾਮੀ ਨਾਲ। ਅਤੇ ਹੌਲੀ ਹੌਲੀ ਰਿਲੇਸ਼ਨ ਚੱਲਦੇ ਰਹੇ ਇੱਦਾਂ ਹੀ। ਉਹ ਵਿਚਾਰਾ ਭੋਲਾ ਬੰਦਾ ਸੀਗਾ, ਮਾਮੇ ਨੂੰ ਪਤਾ ਨਹੀਂ ਲੱਗਿਆ। ਤਾਂ ਅਖੀਰ 'ਚ ਉਹਨੇ ਮਾਮੀ ਨੇ ਕਿਹਾ ਵੀ ਇਹਨੂੰ ਮਾਰ ਦੇ ਦਿਉ, ਵੀ ਆਪਣਾ ਤੂੰ USA ਤਾਂ ਹੀ ਜਾ ਸਕਦਾ, ਤੇਰੀ ਤੇਰਾ ਫਿਊਚਰ ਇਸੀ ਇੱਦਾਂ ਹੀ ਸਿਕਿਓਰ ਹੋਊਗਾ ਜੇ ਤੂੰ ਉਹਨੂੰ ਮਾਰ ਦੇਗਾ। ਤਾਂ ਚਲੋ ਉਹਨੂੰ ਉਹਨੂੰ ਉਹਨੇ ਦੋਨੇ ਐਗਰੀਡ ਹੋ ਗਏ ਕਿ ਮਾਰ ਦਿੰਦੇ ਹਾਂ। ਪਹਿਲਾਂ ਇਹ ਸਕੀਮ ਬਣੀ ਕਿ ਉਹਦੇ ਘਰ ਦੇ ਵਿੱਚ ਨਾ ਇੱਕ ਬਹੁਤ ਵੱਡਾ ਸੀਗਾ ਪਾਣੀ ਸਟੋਰ ਕਰਨ ਵਾਲਾ ਡੱਗ, ਕਹਿੰਦੇ ਜਿਹਨੂੰ ਆਪਾਂ ਡਿੱਗੀ ਕਹਿ ਲਓ। ਇਹ ਸਕੀਮ ਬਣੀ ਕਿ ਗੋਲੀਆਂ ਡਾਇਜ਼ਪਾਮ ਦੀਆਂ ਖਵਾ ਕੇ ਇਹਨੂੰ ਉਹਦੇ ਦਾਲ 'ਚ ਜਾਂ ਰੋਟੀ 'ਚ, ਵੀ ਇਹਨੂੰ ਇੱਧਰ ਇਹਦੇ 'ਚ ਧੱਕਾ ਦੇ ਦਾਂਗੇ। ਉਹ ਸਕੀਮ ਸਿਰੇ ਨਾ ਚੜੀ, ਜਾਂ ਕੋਈ ਅਸਰ ਨਹੀਂ ਹੋਇਆ। ਕੀ ਹੋਇਆ, ਫਿਰ ਸਕੀਮ ਬਣੀ ਕਿ ਸਵੇਰੇ ਉਹ ਖੇਤ ਜਾਂਦਾ ਸੀ ਸਰਦੀਆਂ 'ਚ, ਧੁੰਦ ਦੀ ਧੁੰਦ 'ਚ, ਵੀ ਇਹਨੂੰ ਕਾਰ ਦੇ ਥੱਲੇ ਦੇ ਦਾਂਗੇ, ਸਵੇਰੇ ਮਾਰ ਦਾਂਗੇ, ਹੈ ਨਾ ਉਹਦੇ। ਚਲੋ ਉਹ ਗੱਲ ਵੀ ਨਾ ਬਣੀ, ਉਹ ਕਾਫੀ ਡਿਲੇ ਹੋ ਗਿਆ। ਤਾਂ ਉਹਨੇ ਉਹਨੂੰ ਬਹੁਤ ਜ਼ਿਆਦਾ ਭਾਣਜੇ ਨੂੰ ਪ੍ਰੈਸ਼ਰਾਈਜ਼ ਕੀਤਾ ਕਿ ਜਲਦੀ ਕਰ, ਜੇ ਹੁਣ ਬਹੁਤ ਡਿਲੇ ਹੋ ਰਹੀ ਹੈ। ਅਖੀਰ ਉਹਨੂੰ ਇੱਕ ਦਿਨ ਉਹ ਮਾਮਾ ਭਾਣਜਾ ਇਕੱਠੇ ਸ਼ਰਾਬ ਵੀ ਪੀ ਲੈਂਦੇ ਸੀ, ਅਤੇ ਉਹ ਜਿਹੜਾ ਭਾਣਜਾ ਸੀਗਾ ਮਾਮੇ ਨੂੰ ਲੈ ਗਿਆ ਵੀ ਚਲ ਮਾਮਾ 'ਚ ਪੈਗ ਲਾਉਂਦੇ ਹਾਂ, ਉੱਥੇ ਸ਼ਰਾਬ ਲੈ ਕੇ ਸਕੂਟਰ 'ਤੇ ਉਹ ਚਲੇ ਗਏ ਸੂਏ ਦੇ ਕਿਨਾਰੇ, ਉਜਾੜ ਦੀ ਜਗ੍ਹਾ 'ਚ, ਉੱਥੇ ਪੈਗ ਲਾਉਣ ਲੱਗ ਪਿਆ। ਤਾਂ ਬਾਅਦ ਜਦੋਂ ਅਸੀਂ ਭਾਣਜੇ ਨੂੰ ਅਰੈਸਟ ਕੀਤਾ, ਤਾਂ ਉਹਨੇ ਗੱਲਾਂ, ਜਿਹੜਾ ਅਕਿਊਜ਼ ਸੀਗਾ, ਉਹਨੇ ਰੋ ਰੋ ਕੇ ਦੱਸੀਆਂ ਗੱਲਾਂ। ਕਹਿੰਦਾ ਜੀ ਮੈਨੂੰ, ਮੈਂ ਜਦੋਂ ਮੈਨੂੰ ਮਾਰਨਾ ਸੀਗਾ ਮੈਂ, ਤਾਂ ਕਹਿੰਦਾ ਮੇਰਾ ਮਾਮਾ ਇਮੋਸ਼ਨਲ ਹੋ ਗਿਆ, ਮੈਂ ਉਹਨੂੰ ਵੱਧ ਪੈਗ ਪਾਉਣ ਲੱਗ ਗਿਆ ਸ਼ਰਾਬੀ ਕਰਦਾ ਉਹਨੂੰ। ਅਤੇ ਮਾਮਾ ਕਹਿੰਦਾ ਮੈਨੂੰ, ਕਹਿੰਦਾ ਵੀ ਭਾਣਜੇ ਪੈਗ ਘੱਟ ਪਾ ਮੈਨੂੰ। ਅਤੇ ਕਹਿੰਦਾ ਮਾਮਾ ਇਮੋਸ਼ਨਲ ਹੋ ਗਿਆ, ਕਹਿੰਦਾ ਵੀ ਤੂੰ ਕਬੱਡੀ ਦਾ ਪਲੇਅਰ, ਨੈਸ਼ਨਲ ਲੈਵਲ ਦਾ ਪਲੇਅਰ ਬਣਨਾ ਤੂੰ, ਇੰਟਰਨੈਸ਼ਨਲ ਲੈਵਲ ਦਾ, ਵੀ ਤੇਰਾ ਜਿੰਨਾ ਖਰਚਾ ਹੋਊਗਾ ਦੁੱਧ ਦਾ ਘਿਓ ਦਾ ਸਾਰਾ ਮੈਂ ਦਊਂਗਾ, ਤੇ ਮਾਮੇ ਦੇ ਛੱਡ ਦੇ, ਬਸ ਤੂੰ ਮਿਹਨਤ ਕਰ, ਤੈਨੂੰ ਕੋਈ ਫਿਕਰ ਨਾ ਕਰ ਤੂੰ ਕਿਸੇ ਪੈਸੇ ਦੀ। ਕਹਿੰਦਾ ਮੈਂ ਉਹਨੂੰ ਮਾਰਨ ਨੂੰ ਫਿਰਦਾ ਅਤੇ ਉਹ ਮੈਨੂੰ ਇਹਦੇ ਨੇ ਗੱਲਾਂ ਕਰ ਰਿਹਾ। ਕਹਿੰਦਾ ਮੇਰਾ ਰੋਣਾ ਨਿਕਲ ਗਿਆ, ਮੈਂ ਫਿਰ ਫੋਨ ਲਾਇਆ ਮਾਮੀ ਨੂੰ, ਵੀ ਮੈਥੋਂ ਨਹੀਂ ਹੁੰਦਾ, ਉਹ ਮੇਰੇ ਗੱਲ ਪੈ ਗਈ ਅੱਗੋਂ ਵੀ ਤੇਥੋਂ ਨਹੀਂ ਹੁੰਦਾ, ਚੂੜੀਆਂ ਪਾ ਕੇ ਆ ਜਾ ਘਰੇ ਅਤੇ ਮੈਂ ਕਰਦੀ ਹਾਂ ਆ ਕੇ। ਫਿਰ ਕਹਿੰਦਾ ਜੀ ਮੈਂ ਇੱਕ ਮੋਟਾ ਜਿਹਾ ਬੈਗ ਹੋਰ ਪਾਇਆ, ਮੈਂ ਵੀ ਆਪਣੇ ਆਊਟ ਆਫ ਸੈਂਸ ਹੋ ਗਿਆ ਅਤੇ ਮੈਂ ਉਹਦੇ ਗਲ 'ਚ ਕਲੱਚ ਵਾਇਰ ਪਾਈ, ਅਤੇ ਉਹ ਸਟਿਲ ਵੀ ਮਾਮਾ ਸੋਚਦਾ ਕਿ ਚੌੜ ਕਰੀ ਜਾਂਦਾ ਹੈ, ਅਤੇ ਉਹ ਕਹਿੰਦਾ ਭਣ ਜਾ ਐਂ ਚੌੜ ਨਾ ਕਰੋ, ਮੇਰਾ ਗਲ ਘੁੱਟਿਆ ਜਾਊ। ਕਹਿੰਦਾ ਅਲਟੀਮੇਟਲੀ ਜੀ ਮੈਂ ਮਾਰਦਾ। ਤਾਂ ਇਹ ਸਟੋਰੀ ਨਿਕਲੀ ਉਹਦੀ, ਜਿਹੜੀ ਮਤਲਬ ਉਹਦੇ ਮਾਮੇ, ਮਤਲਬ ਉਹਨੇ ਜਿਹੜੀ ਕਹਿ ਲਓ ਹਵਸ 'ਚ ਅੰਨੀ ਹੋ ਕੇ ਉਹਨੇ
ਉਹਦਾ ਆਪਦਾ ਆਪਦੇ ਹਸਬੈਂਡ ਨੂੰ ਮਰਡਰ ਕਰਾਇਆ। ਅਲਟੀਮੇਟਲੀ ਇਹਦੇ 'ਚ ਇਹੀ ਮੋਰਲ ਨਿਕਲਦਾ ਕਿ ਜਿਹੜਾ 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 ਮੈਚ ਹੈਗਾ ਹੈ ਨਾ ਜੀ, ਉਹ ਥੋੜ੍ਹਾ ਬਹੁਤਾ ਉਹਨਾਂ ਦੀ ਮੈਂਟਲ ਵੀ ਇਕੁਏਸ਼ਨ ਹੋਣੀ ਚਾਹੀਦੀ ਹੈ, ਉਹਨਾਂ ਦਾ ਲੈਵਲ ਵੀ ਮੈਂਟਲ ਲੈਵਲ ਮਿਲਣਾ ਚਾਹੀਦਾ। ਉਹ ਤਾਂ ਬਲੀਵ ਨਹੀਂ ਕਰ ਸਕਦੇ ਸੀ, ਮਤਲਬ ਉਹ ਤਾਂ ਅਜੇ ਤੱਕ ਵੀ ਬਲੀਵ ਨਹੀਂ ਕਰਦੇ ਸੀ ਵੀ ਇਹ ਇਹਨੇ ਕੀਤਾ ਹੋਊਗਾ, ਕਿਉਂਕਿ ਭਾਣਜੇ ਨੂੰ ਵੀ ਪਿਆਰ ਕਰਦੇ ਸੀ ਉਹ, ਉਹਨਾਂ ਦਾ ਤਾਂ ਦੋਨੇ ਪਾਸਿਓਂ ਗਏ, ਮਤਲਬ ਪੁੱਤ ਵੀ ਗਿਆ, ਨੂੰਹ ਵੀ ਗਈ ਤੇ ਮਤਲਬ ਭਾਣਜਾ ਵੀ ਗਿਆ। ਹਾਂਜੀ, ਉਹ ਤਾਂ ਬਿਲਕੁਲ ਹੀ ਕਹਿ ਲਓ ਵੀ ਦੁੱਖ ਉਹਨਾਂ ਦਾ ਦੇਖਿਆ ਨਹੀਂ ਜਾਂਦਾ ਸੀ, ਉਹਨਾਂ ਦਾ ਇੰਨਾ ਦਰਦਨਾਕ ਸੀਗਾ। ਜਦੋਂ ਆਹ ਇੰਟੈਰੋਗੇਸ਼ਨ ਅਸੀਂ ਕੀਤੀ, ਉਹਨੂੰ ਪੁੱਛ ਗਿੱਛ ਕੀਤੀ, ਉਦੋਂ ਸਾਡੀਆਂ ਵੀ ਅੱਖਾਂ 'ਚ ਪਾਣੀ ਆ ਗਿਆ ਵੀ ਯਾਰ ਕਿੱਦੀ ਕਿੱਡਾ ਬੁਰੀ ਤਰ੍ਹਾਂ ਬੰਦੇ ਨੂੰ ਮਾਰਿਆ ਉਹਨੇ। ਪਲੈਨ ਉਹਦੀ ਵੈਸੇ ਕਹਿ ਲਓ ਮੁੰਡੇ ਦਾ ਇੰਨਾ ਨਹੀਂ ਸੀਗਾ, ਮੁੰਡੇ ਦਾ ਪਿਆਰ ਸੀਗਾ ਮਾਮੇ ਨਾਲ ਆਪਣੇ ਨਾਲ, ਮਤਲਬ ਉਹ ਮਾਮੀ ਦੇ ਪ੍ਰੈਸ਼ਰ ਥੱਲੇ ਆ ਕੇ, ਕੁਛ ਗਰੀਬੀ ਸੀਗੀ ਕਿ ਚਲੋ ਫਿਊਚਰ ਦੇ ਉਹਨੂੰ ਸੁਪਨੇ ਦਿਖਾਏ ਵੀ ਤੂੰ USA ਚੱਲਾਂਗੇ, ਆਪਾਂ ਉੱਥੇ ਰਹਾਂਗੇ, ਸੈਟਲ ਹੋਵਾਂਗੇ, ਤੂੰ ਬੇਫਿਕਰ ਹੋ ਜਾ। ਉਹਦੇ ਕੋਲ 10-12 ਕਿੱਲੇ ਜ਼ਮੀਨ ਸੀਗੀ, ਠੀਕ ਸੀ, ਨੋਰਮਲ ਵਧੀਆ ਘਰ ਸੀਗਾ। ਜ਼ਮੀਨ ਕਰਕੇ ਵਿਆਹ ਹੋ ਗਿਆ, ਕਿਉਂਕਿ ਉਹ ਕੁੜੀ ਗਰੀਬ ਘਰਦੀ ਸੀਗੀ ਅਤੇ ਪੜ੍ਹਾਉਂਦੀ ਸੀਗੀ ਕਾਨਵੈਂਟ ਸਕੂਲ ਦੇ ਵਿੱਚ। ਉਹ ਕੋਈ ਸੁਪਨੇ ਫਿਰ ਵੱਡੇ ਹੋ ਜਾਂਦੇ ਨੇ ਜਿਹੜੇ, ਮਤਲਬ ਜਦੋਂ ਬੰਦਾ ਪੜ੍ਹ ਲਿਖ ਕੇ ਚਲੋ, ਉਹਦਾ ਉਹਦਾ ਬਿਲਕੁਲ ਹੀ ਮਿਸਮੈਚ ਹੋ ਗਿਆ ਵਿਚਾਰੀ ਦਾ। ਦੋਸਤੋ, ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ। ਤੁਸੀਂ ਇਸ ਵੀਡੀਓ ਨੂੰ ਲਾਈਕ ਕਰਨ ਲਈ ਬੈੱਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਅਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ। ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ। ਧੰਨਵਾਦ।